ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਵਾਸਤੇ ਬਿਲਕੁਲ ਐਕਸਕਲੂਸਿਵ ਕੋਟਨ ਦੇ ਵਿੱਚ ਆਈਟਮਾਂ ਲੈ ਕੇ ਆਏ ਹਾਂ, ਕਿਉਂਕਿ ਕੋਟਨ ਦੇ ਵਿੱਚ ਵੀ ਵਰਾਇਟੀ ਬਹੁਤ ਚੱਲ ਰਹੀ ਹੈ ਇਸ ਟਾਈਮ। ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਠੀਕ ਹੈ ਇੱਕ ਦਿਨ ਬਾਰਿਸ਼ ਹੋ ਜਾਂਦੀ ਹੈ, ਪਰ ਗਰਮੀ ਪੂਰੀ ਹਲੇ ਵੀ ਚੱਲ ਰਹੀ ਹੈ। ਅਤੇ ਇਸ ਕਰਕੇ ਕੋਟਨ ਦੀ ਕਾਫੀ ਕਸਟਮਰ ਦੇ ਫੋਨ ਵੀ ਆ ਰਹੇ ਸੀ ਕਿ ਭਾਅ ਜੀ ਕੋਟਨ ਦੇ ਵਿੱਚ ਸਭ ਕੁਛ, ਅਤੇ ਤਕਰੀਬਨ ਤੁਹਾਨੂੰ 20 ਦੇ ਆਸ ਪਾਸ ਪੀਸ ਦਿਖਾਵਾਂਗੇ। ਬੇਟੇ ਸਾਰਿਆਂ ਦੋ ਦੋ ਪੀਸ ਚੱਕ ਕੇ ਲਿਆ ਨਵੇਂ ਨਾ, ਟੋਟਲ ਨਵੇਂ ਡਿਜ਼ਾਈਨ ਜੇ। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਗਰੇਵਾਲ ਸਾਹਿਬ ਜੀ। ਅਤੇ ਸਾਰਿਆਂ 'ਚ ਦੋ ਦੋ ਕਲਰ ਆਪਸ਼ਨ ਨੇ। ਕੋਟਨ ਬਹੁਤ ਹੀ ਫਾਈਨ ਫੈਬਰਿਕ ਨੇ, ਇਹਦੇ 'ਚ ਕੁਝ ਦੇਖੋ ਨਾ ਹਲਕੀ ਜੀ ਸ਼ਿਮਰ ਕੋਟਨ ਆਈ ਹੈ, ਇਹ ਲਿਲਨ ਦੇ ਵਿੱਚ ਆਈਟਮਾਂ ਆਈਆਂ ਨੇ, ਕੁਛ ਮਟਕਾ ਕੋਟਨ ਦੇ ਵਿੱਚ। ਸਾਡੇ ਕੋਲ ਡੇਲੀ ਮਾਲ ਨਵੇਂ ਆਉਂਦੇ ਨੇ ਅਤੇ ਅਸੀਂ ਉਹਦੇ 'ਚੋਂ ਹੀ ਵੀਡੀਓ ਤਿਆਰ ਕਰੀ ਦੀ ਹੈ ਜੀ। ਇਹ ਰਾਤੀਂ ਪਾਰਸਲ ਸਾਰੇ ਖੋਲ੍ਹ ਕੇ ਗਏ ਹਾਂ। ਅਤੇ ਇੱਕ ਵਾਰ ਤੁਸੀਂ ਨੰਬਰ ਨੋਟ ਕਰੋ ਪਲੀਜ਼, ਜਿਹੜੇ ਅਸੀਂ ਨੰਬਰ 3 ਨੰਬਰ ਦਿਖਾਉਂਦੇ ਹਾਂ, ਇਹ 3 ਨੰਬਰ ਨੇ ਸਟੋਰ ਦੇ, 3 ਨੰਬਰਾਂ 'ਤੇ ਵਟਸਐਪ ਚੱਲਦਾ। ਤੁਹਾਨੂੰ ਜੋ ਜੋ ਚੰਗਾ ਲੱਗਦਾ ਤੁਸੀਂ 3 ਨੰਬਰਾਂ 'ਚੋਂ ਕਿਸੇ ਵੀ ਨੰਬਰ 'ਤੇ ਤੁਹਾਨੂੰ ਜੋ ਚੰਗਾ ਲੱਗਦਾ ਪਿੱਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ। ਵਰਲਡ ਵਾਈਡ ਸ਼ਿਪਮੈਂਟ ਆਪਣੀ, ਤੁਸੀਂ ਕਿਤੇ ਵੀ ਬੈਠੇ ਹੋ, ਕਿਤੇ ਵੀ ਪਾਰਸਲ ਮੰਗਾਉਣਾ ਚਾਹੁੰਦੇ ਹੋ, ਆਪਣੇ ਕੋਲ ਹਰ ਤਰ੍ਹਾਂ ਦਾ ਅਰੇਂਜਮੈਂਟ ਹੈ। ਬਾਕੀ ਤੁਸੀਂ ਇਹ 3 ਨੰਬਰ ਤੁਹਾਨੂੰ ਦਿਖਾਏ ਨੇ, ਇਹਨਾਂ 3 ਨੰਬਰਾਂ 'ਤੇ ਤੁਸੀਂ ਵਟਸਐਪ ਕਾਲ ਵੀ ਕਰ ਸਕਦੇ ਹੋ, ਦੂਜੀ ਕਾਲ ਵੀ ਕਰ ਸਕਦੇ ਹੋ, ਕੁਛ ਹੋਰ ਪੁੱਛਣਾ, ਕੁਛ ਹੋਰ ਤੁਸੀਂ ਚੀਜ਼ਾਂ ਵੀਡੀਓ ਕਾਲ ਕਰਕੇ ਦੇਖਣੀ, ਜਿਵੇਂ ਤੁਹਾਡੇ ਕੋਲ ਘਰ ਦਾ ਫੰਕਸ਼ਨ ਹੈ, ਤੁਹਾਨੂੰ ਕੋਈ ਜ਼ਿਆਦਾ ਡਰੈਸਿਸ ਚਾਹੀਦੀਆਂ ਨੇ, ਕੋਈ ਲੈਣ ਦੇਣ ਨੂੰ ਸੂਟ ਚਾਹੀਦੇ ਨੇ, ਜਾਂ ਆਪਣੇ ਪਰਸਨਲ ਯੂਜ਼ ਵਾਸਤੇ ਕੋਈ ਚੀਜ਼ਾਂ ਚਾਹੀਦੀਆਂ ਨੇ, ਤਾਂ ਤੁਸੀਂ ਉਹ ਵੀਡੀਓ ਕਾਲ 'ਤੇ ਵੀ ਟਾਈਮ ਫਿਕਸ ਕਰਕੇ ਦੇਖ ਸਕਦੇ ਹੋ। ਲਓ ਜੀ, ਤੁਹਾਨੂੰ ਫਸਟ ਪੀਸ ਆ ਰਿਹਾ, ਫਰੋਜ਼ੀ ਕਲਰ ਹੈ ਇਹ, ਹਲਕਾ ਜਿਹੜਾ ਫੈਬਰਿਕ ਹੈਗਾ, ਹਲਕੀ ਜਿਹੀ ਸ਼ਾਈਨ ਹੁੰਦੀ ਇਹਦੇ 'ਚ, ਮਤਲਬ ਜਿਵੇਂ ਹਲਕਾ ਜਿਹਾ ਸਪਾਰਕ, ਲੇਕਿਨ ਕੱਪੜਾ ਇਹ ਸਾਰਾ ਰੇਸ਼ਮ ਹੀ ਹੁੰਦਾ। ਇਹ ਨੀਚੇ ਇਹਦੇ 'ਚ ਬਾਰਡਰ ਹੁੰਦਾ ਸਾਰਾ ਫੈਦਰ ਐਮਬਰਾਇਡਰੀ ਦਾ, ਨੀਚੇ ਹਲਕੀ ਜਿਹੀ ਲੇਸ ਦਿੱਤੀ ਹੁੰਦੀ ਹੈ, ਮਤਲਬ ਆਲ ਓਵਰ ਇੱਦਾਂ ਹੀ ਪੂਰੀ ਸ਼ਰਟ ਹੈ ਇਹ। ਬੋਟਮ ਪਲੇਨ ਹੈ ਬੇਟੇ, ਬੋਟਮ ਇਹਦਾ ਪਲੇਨ ਆਏਗੀ, ਠੀਕ ਹੈ ਜੀ। ਅਤੇ ਦੁਪੱਟਾ ਨਾਲ ਇਹਦਾ ਹੈਗਾ ਸ਼ਿਮਰ ਦਾ ਦੁਪੱਟਾ, ਬੇਟਾ ਦੁਪੱਟਾ ਖੋਲੋ, ਉਹਦੇ 'ਤੇ ਇੱਕ ਤਾਂ ਚਾਰੇ ਪਾਸੇ ਹਲਕੀ ਜਿਹੀ ਲੇਸ ਦਿੱਤੀ ਹੋਈ ਆ, ਐਨ ਐਮਬਰਾਇਡਰੀ ਆਏਗੀ, ਨਾਲ ਇਹਦੇ 'ਚ ਰੇਸ਼ਮ ਦੇ ਬੂਟੇ ਨੇ, ਨਾਲ ਵਿੱਚ ਤਿੱਲੇ ਆਪਣਾ ਆਰੀ ਦੀਆਂ ਲਾਈਨਾਂ ਨੇ, ਮਤਲਬ ਕੁੱਲ ਮਿਲਾ ਕੇ ਬਹੁਤ ਐਕਸਕਲੂਸਿਵ ਪੀਸ ਹੈ। ਦੇਖੋ ਸਮਰੀ 'ਚ ਵੀ ਹੈ, ਥੋੜ੍ਹਾ ਡਿਫਰੈਂਟ ਵੀ ਆ, ਠੀਕ ਹੈ ਨਾ ਜੀ। ਹਾਂਜੀ, ਮਨਜੀਤ ਸਿੰਘ ਢਿੱਲੋਂ ਸਤਿ ਸ਼੍ਰੀ ਅਕਾਲ ਜੀ, ਪਿੰਕੀ ਸਤਿ ਸ਼੍ਰੀ ਅਕਾਲ, ਹਰਪ੍ਰੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਗੁਰਪ੍ਰੀਤ ਕੌਰ ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਲਓ ਜੀ, ਇਹ 2 ਕਲਰ ਨੇ ਜੀ, ਇੱਕ ਪਿੰਕ ਹੈ, ਇੱਕ ਲਾਈਟ ਬਲੂ ਕਲਰ ਹੈ। ਦੋ ਜੀ, ਪ੍ਰਾਈਜ਼ ਆਈਟਮ ਨੰਬਰ 1 3850 ਰੁਪਈਏ, ਇਹ ਕੋਟਨ ਦੇ ਵਿੱਚ ਐਕਸਕਲੂਸਿਵ ਹੈ ਜੀ ਅਲਾ। ਹਾਂਜੀ, ਨੈਕਸਟ ਚਲੋ ਜੀ, ਦੇਖੋ ਸਾਡੇ ਕੋਲ ਹਰ ਚੀਜ਼ ਡਿਫਰੈਂਟ ਵਿਕਦੀ ਹੈ, ਬਾਕੀ ਸਭ ਕੁਝ ਵੇਚੀਦਾ, ਅਸੀਂ ਗੱਲ ਨਹੀਂ, ਸਸਤੀ ਕੋਟਨ ਵੀ ਵੇਚੀਦੀ ਹੈ, ਲੇਕਿਨ ਥੋੜ੍ਹੀ ਜਿਹੀ ਸਸਤੀ ਕੋਟਨ ਅਸੀਂ ਘੱਟ ਦਿਖਾਉਂਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਕਿ ਅਗਰ ਨੂੰ ਐਕਸਕਲੂਸਿਵ ਚੀਜ਼ਾਂ ਦਿਖਾਓ, ਕਿਉਂਕਿ ਸਸਤੀ ਕੋਟਨ ਦਾ ਹਰ ਬੰਦੇ ਨੂੰ, ਹਰ ਬੰਦਾ ਪਾਈ ਜਾਂਦਾ ਵੀਡੀਓ 'ਤੇ, ਸੂਟ 1200 ਦਾ, 1500 ਦਾ, 1000 ਰੁਪਏ ਦਾ, ਅਸੀਂ ਉਹ ਨਹੀਂ ਪਾਉਂਦੇ ਜੀ। ਆਹ ਦੇਖੋ ਕੋਟਨ ਦੇ ਵਿੱਚ ਲਿਲਨ ਦਾ ਬੇਸ ਹੈ, ਉਹਦੇ 'ਤੇ ਪ੍ਰਿੰਟਿੰਗ ਹੈ, ਹਲਕੀ ਜਿਹੀ ਇੰਬਰਾਇਡਰੀ ਹੈ, ਦਬਕੇ ਦਾ ਕੰਮ ਹੈ, ਨਾਲ ਪਰਲ ਦੀ ਸੈਟਿੰਗ ਹੈ, ਨੀਚੇ ਕੰਟਰਾਸਟ ਬਾਰਡਰ ਹੈ। ਆਹ ਦੇਖੋ ਜੈਪੁਰ ਦਾ ਕੰਮ ਹੈ, ਕੋਟਨ ਦੇ ਉੱਤੇ ਦੇਖੋ ਹੈਂਡਵਰਕ ਕੀਤਾ ਹੋਇਆ, ਮਤਲਬ ਇੰਨਾ ਕੁ ਚੱਲਦਾ ਸਾਡੇ ਕੋਲ, ਕੋਟਨ ਦੇ ਕੰਮ ਬਹੁਤ ਓਵਰ ਨਹੀਂ ਚੱਲਦਾ ਜੀ। ਸਿਰਫ ਨੈੱਕ ਇੰਬਰਾਇਡਰੀ ਹੈ, ਜਿਵੇਂ ਕੁੜੀਆਂ ਨੇ ਕਾਲਜ ਜਾਣਾ ਜਾਂ ਆਫਿਸ ਜਾਣਾ, ਠੀਕ ਹੈ ਨਾ, ਕਿਤੇ ਵੀ ਆਪਾਂ ਪਾ ਸਕਦੇ ਹਾਂ। ਅਤੇ ਨਾਲ ਦੁਪੱਟਾ ਹੈ ਰਿਸ਼ਤਾ ਜੀ, ਦੁਪੱਟਾ ਮਸਲੀਨ ਦਾ ਦੁਪੱਟਾ ਵਾ, ਉਹਦੇ 'ਚ ਵੀਵਿੰਗ ਵੀ ਹੈ, ਚਾਰੇ ਪਾਸੇ ਬਾਰਡਰ ਵੀ ਹੈ, ਸੇਮ ਕਲਰ ਮੈਚਿੰਗ ਦੇਤੀ ਨਾ ਇਹ 'ਚ, ਇਹ ਡੋਰੀ ਦਾ ਕੰਮ ਹੈ, ਦਬਕੇ ਦਾ ਕੰਮ ਹੈ, ਬਟਨ ਲੱਗੇ ਨੇ ਬੋਟਮ, ਇਹਦੇ ਨਾਲ ਪਲੇਨ ਆਏਗੀ ਪੀਚ ਕਲਰ ਦੀ। ਇਹਦੇ 'ਚ 2 ਕਲਰ ਨੇ, ਇੱਕ ਪੀਚ ਹੈ ਅਤੇ ਇੱਕ ਹੈਗਾ ਗ੍ਰੀਨ ਕਲਰ। ਆਹ ਦੇਖੋ ਸਾਡੇ ਕੋਲ ਤੁਹਾਨੂੰ ਮਿਲਣਗੀਆਂ ਚੀਜ਼ਾਂ ਡਿਫਰੈਂਟ ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਅੰਮ੍ਰਿਤ ਗਿੱਲ ਜੀ ਸਤਿ ਸ਼੍ਰੀ ਅਕਾਲ ਜੀ, ਸ਼ਿਵਾਨੀ ਜੀ, ਕਵਿਤਾ ਜੀ, ਨਵਨੀਤ ਜੀ ਸਤਿ ਸ਼੍ਰੀ ਅਕਾਲ ਜੀ, ਲਓ ਜੀ ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮਨਜੀਤ। ਲਓ ਜੀ, ਆਈਟਮ ਨੰਬਰ 2 ਸਿਰਫ 3300 ਰੇਟ ਨਿਕਲਿਆ ਦਾ, ਐਕਸਕਲੂਸਿਵ ਚੀਜ਼ਾਂ ਸਾਰੀਆਂ ਜਿਹੜੀਆਂ SSK ਦੀਪਾ ਜੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਗਰੇਵਾਲ ਜੀ, ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ। ਲਓ ਜੀ, ਕਹਿ ਦੇਖਣਾ ਲਿਲਨ ਦੇ ਵਿੱਚ ਇਹ ਚੀਜ਼ ਬਹੁਤ ਸੋਹਣੀ ਹੈ ਜੀ, ਇਹਦੇ 'ਚ 2 ਤਰ੍ਹਾਂ ਦੀ ਵੀਵਿੰਗ ਹੈ, ਤਿੱਲਾ ਨਹੀਂ ਹੁੰਦਾ ਮੈਡਮ, ਇਹ ਰੇਸ਼ਮ ਹੀ ਹੁੰਦੀ ਸਾਰਾ, ਇਹ ਤੁਹਾਨੂੰ ਲੁੱਕ ਹਲਕੀ ਸ਼ਾਈਨ ਲੱਗਦੀ ਹੁੰਦੀ ਹੈ, ਵੀਵਿੰਗ ਹੁੰਦੀ ਸਾਰੀ। ਦੇਖੋ ਇਹਦੇ 'ਚ ਇਹ ਸਾਰਾ ਧਾਗਾ ਹੀ ਹੈ, ਮਤਲਬ ਇੱਕ ਤਰ੍ਹਾਂ ਦਾ ਹਲਕਾ ਜਿਹਾ ਗੋਲਡਨ ਧਾਗਾ ਵਾ, ਹਲਕਾ ਜਿਹਾ ਲਾਈਟ ਸਿਲਵਰ ਧਾਗਾ ਵਾ, ਪੂਰੀ ਸ਼ਰਟ ਹੈ, ਡਿਜ਼ਾਈਨਰ ਚੀਜ਼ ਹੈ, ਦੁਪੱਟਾ ਬਹੁਤ ਪਿਆਰਾ ਇਹਦਾ। ਦੇਖੋ ਆਹ ਦੇਖੋ ਦੁਪੱਟਾ, ਐਕਸਕਲੂਸਿਵ ਚੀਜ਼ਾਂ ਨੇ ਵਾਲੀਆਂ, ਇਹ ਤੁਹਾਨੂੰ ਮਤਲਬ ਸਿਰਫ ਸਟਿਚਿੰਗ ਕਰਾਉਣੀ ਆ ਬੁਟੀਕ ਤੋਂ, ਆਪਾਂ ਉਹਨੂੰ ਕਹਿਣਾ ਵੀ ਇੱਥੇ ਕੁਛ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਉਹਨਾਂ ਨੇ ਵੀ ਆਪਣਾ ਕੁਛ ਨਾ ਕੁਛ ਕਰਨਾ ਹੁੰਦਾ ਵੈਸੇ ਤਾਂ, ਪਰ ਆਹ ਲੁੱਕ ਬਹੁਤ ਪਿਆਰੀ ਹੈ, ਗ੍ਰੇ ਦੇ ਨਾਲ ਦੁਪੱਟਾ ਹੈਗਾ, ਸੀ ਗ੍ਰੀਨ ਕੰਟਰਾਸਟ। ਭਾਅ ਜੀ ਖੋਲ੍ਹ ਦੇ ਪੀਸ ਯਾਰ ਬੇਟੇ, ਦੁਪੱਟਾ ਖੋਲ੍ਹ ਕੇ ਦਿਖਾਰੇ ਮਾੜਾ ਜਿਹਾ। ਇਹ ਦੂਜਾ ਕਲਰ ਹੈਗਾ ਮਟੈਲਿਕ ਗ੍ਰੇ ਹੈ, ਇਹ ਹੈਗਾ ਮਾਊਸ ਟਾਈਪ ਕਲਰ ਹੈ ਨਾ, ਸੀਮੈਂਟ ਗ੍ਰੇ, ਇਹ ਪ੍ਰੋਪਰ ਗ੍ਰੇ ਹੈਗਾ। ਹਾਂਜੀ, ਅਤੇ ਇਹ ਨਾਲ ਦੁਪੱਟਾ ਹੈ ਰਿਸ਼ਤਾ, ਉਹਦੇ ਨਾਲ ਦੁਪੱਟਾ ਕੰਟਰਾਸਟ ਆਏਗਾ, ਇਹਨਾਂ ਦੁਪੱਟਾ ਸੇਮ ਆਏਗਾ, ਪ੍ਰਿੰਟਿੰਗ ਕੰਟਰਾਸਟ ਆਏਗੀ, ਬਹੁਤ ਪਿਆਰੇ ਪੀਸ ਦੋਨੇ ਹੀ ਵਾਲੇ, ਫੈਬਰਿਕ ਵੀ ਬਹੁਤ ਸੋਹਣਾ, ਦੁਪੱਟੇ ਵੀ ਲੈ ਲੈਂਦੇ। 3 ਨੰਬਰ ਆਈਟਮ 3380। ਅਮਨ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਫਤਿਹ ਸਿੱਧੂ, ਵੈਰੀ ਗੁੱਡ। ਅੰਮ੍ਰਿਤ ਕੁਮਾਰ ਜੀ,
ਨੀਰਜਾ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਨਾਲ ਨਾਲ ਵੀਡੀਓ ਵੀ ਸ਼ੇਅਰ ਕਰ ਦਿਆ ਕਰੋ ਮਾੜਾ ਜਿਹਾ, ਕੋਈ ਨਾ ਜੀ। ਅੱਜ ਵੈਸੇ ਤਾਂ ਗਦਰ ਫਿਲਮ ਲੱਗ ਗਈ ਹੈ, ਹੈ ਨਾ, ਕਾਫੀ ਬੰਦੇ ਪਹੁੰਚਣਗੇ ਗਦਰ ਦੇਖਣ ਵਾਸਤੇ, ਐਸੀ ਗੱਲ ਨਹੀਂ। ਚਲੋ ਕੋਈ ਨਾ, ਅਸੀਂ ਵੀ ਦੇਖ ਲਾਂਗੇ, ਸੰਡੇ ਟਾਈਮ ਲੱਗਿਆ ਤਾਂ। ਲਓ ਜੀ, ਕਿਆ ਵੀਵਿੰਗ ਦੇ ਵਿੱਚ ਆਈਟਮ ਆਈ ਸਾਰੀ, ਇਹ ਸਾਰਾ ਵੋਵਨ ਕੰਸੈਪਟ ਆ ਸਾਰਾ ਜੀ। ਇਸ ਤਰ੍ਹਾਂ ਦੇਖੋ, ਇਹਦੇ 'ਚ ਹਲਕੀ ਹਲਕੀ ਗੋਲਡਨ ਵੀਵਿੰਗ ਹੈ, ਨਾਲ ਨਾਲ ਬਲੈਕ ਐਂਟੀਕ ਵੀਵਿੰਗ ਹੈ। ਪੂਰੀ ਸ਼ਰਟ ਦਾ ਫਰੰਟ ਹੈ, ਬੈਕ 'ਤੇ ਹਲਕਾ ਜਿਹਾ ਬਾਰਡਰ ਆਏਗਾ, ਬੈਕ 'ਤੇ ਬਾਰਡਰ ਆਏਗਾ, ਫੁੱਲ ਬਾਜੂ 'ਤੇ ਹਲਕਾ ਜਿਹਾ ਬਾਰਡਰ ਆਏਗਾ, ਬੋਟਮ ਪਲੇਨ ਹੈ। ਇਹ ਮਸਲੀਨ ਦੇ ਵਿੱਚ ਹੈ ਜੀ, ਬਹੁਤ ਫਾਈਨ, ਇੱਕਦਮ ਸੋਫਟ ਕੁਆਲਿਟੀ ਹੁੰਦੀ ਮਸਲੀਨ। ਦੁਪੱਟਾ ਨਾਲ ਇਹਦੇ ਫੋਰ ਸਾਈਡ ਦੁਪੱਟੇ ਦੇ ਵਿੱਚ ਬਾਰਡਰ ਹੈ ਸਾਰਾ ਜੀ। ਇਸ ਤਰ੍ਹਾਂ ਵਿੱਚ ਪੂਰੀ ਬੂਟੀ ਹੈ ਮੀਨਾਕਾਰੀ ਦੀ, ਨਾਲ ਸਾਈਡ 'ਤੇ ਪਾਈਪਿੰਗ ਦਿੱਤੀ ਹੋਈ ਆ। ਮਤਲਬ ਤੁਹਾਨੂੰ ਚੀਜ਼ ਸਾਰੀ ਤਿਆਰ ਹੈ, ਆਪਾਂ ਨੂੰ ਕੁਛ ਬੁਟੀਕ ਦੀ ਹੈਡਕ ਨਹੀਂ ਹੈ, ਸਿੰਪਲ ਦਿਓ, ਸਟਿਚਿੰਗ ਕਰਾਓ ਅਤੇ ਪਾਓ। ਦੂਜਾ ਕਲਰ ਲਾਈਟ ਬਲੂ ਕਲਰ ਹੈ ਜੀ, ਇਹਦਾ ਇਹ ਹੈਗਾ ਪਿਸਤਾ ਕਲਰ, ਇਹ ਹੈਗਾ ਲਾਈਟ ਬਲੂ ਕਲਰ। ਦੋਨੇ ਪੀਸ ਬਹੁਤ ਸੋਹਣੇ ਨੇ ਜੀ ਇਹਦੇ। ਆਈਟਮ ਨੰਬਰ 4 ਪਿਓਰ ਮਸਲੀਨ ਦੀ ਸ਼ਰਟ, ਮਸਲੀਨ ਦੀ ਚੁੰਨੀ। ਆਈਟਮ ਨੰਬਰ 4 ਪ੍ਰਾਈਜ਼ ਹੈਗਾ 2690 2690। ਚਲੋਗੇ ਜੀ। ਲਓ ਜੀ, ਹੁਣ ਤੁਹਾਨੂੰ ਦਿਖਾਉਂਦੇ ਕਰੀਮ ਕਲਰ ਦੇ ਵਿੱਚ, ਜਿਵੇਂ ਗਰਮੀਆਂ ਦੇ ਵਿੱਚ ਨਾ ਥੋੜ੍ਹਾ ਜਿਹਾ ਲੈਮਨ ਕਰੀਮ ਕਲਰ ਹੈ। ਮਤਲਬ ਇਹ ਬਹੁਤ ਸੋਹਣੀ ਆਈਟਮ ਹੈ, ਕਲਰ ਹੀ ਬਹੁਤ ਪਿਆਰਾ ਜੀ ਆਪਣੇ ਆਪ ਦੇ ਵਿੱਚ ਇਹ। ਔਰ ਡਿਜ਼ਾਇਨਿੰਗ ਤਾਂ ਤੁਸੀਂ ਮਤਲਬ ਮਸਤ ਆ ਜੀ ਅਲੀ। ਆਹ ਦੇਖੋ, ਗੜਚੋਲਾ ਦਾ ਚੈੱਕ ਬਣਿਆ ਨੀਚੇ ਲੇਲਨ ਦੇ ਵਿੱਚ, ਪਹਿਲਾਂ ਨੀਚੇ ਬਾਰਡਰ ਇੰਬਰਾਇਡਰੀ ਦਾ। ਇਹ ਸਾਰੀ ਲੇਸ ਨਹੀਂ ਹੈਗੀ ਜੀ, ਇੰਬਰਾਇਡਰੀ ਹੈ ਸਾਰੀ ਇਹ ਸਾਰੀ ਇੰਬਰਾਇਡਰੀ ਹੈ ਨੀਚੇ। ਫਿਰ ਆਹੀ ਸੇਮ ਇੰਬਰਾਇਡਰੀ ਦੇ ਵਿੱਚ ਬੂਟੇ ਨੇ। ਇਹ ਚੀਜ਼ਾਂ ਨੇ ਬਹੁਤ ਪਿਆਰੀਆਂ ਜੀ ਅਲੀਆਂ। ਇਹ ਥੋੜ੍ਹਾ ਜਿਹਾ ਆਮ ਨਾਲੋਂ ਡਿਫਰੈਂਟ ਟੇਸਟ ਆ ਜੀ ਇਹਦਾ। ਅਸੀਂ ਵੀ ਚੀਜ਼ਾਂ, ਸਾਡੀ ਕੋਸ਼ਿਸ਼ ਹੁੰਦੀ ਵੀ ਗਾਹਕ ਨੂੰ ਉਹ ਦਈਏ ਜਿਹੜੀ ਬਈ ਚੀਜ਼ ਪਾਵਣ, ਅਤੇ ਹਰ ਬੰਦਾ ਪੁੱਛੇ ਆਹ ਦੁਪੱਟੇ ਦੇ ਪੱਲਿਆਂ ਉੱਤੇ ਐਮਬਰਾਇਡਰੀ ਆ। ਦੁਪੱਟਾ ਹੈਗਾ ਸੋਫਟ ਔਰਗੈਂਜ਼ਾ ਜੋਰਜਟ ਦਾ, ਕੋਟਨ ਦੀ ਬੋਟਮ ਹੈ ਮਤਲਬ ਕੋਟਨ ਦੇ ਵਿੱਚ ਹੀ ਹੈ। ਦੂਜਾ ਡਿਜ਼ਾਇਨ ਇਹ ਹੈਗਾ, ਇਹ ਚੈੱਕ ਆ ਗਿਆ, ਚੈੱਕ ਦੇ ਵਿੱਚ ਬੂਟੇ ਨੇ। ਦੂਜਾ ਡਿਜ਼ਾਇਨ ਲਾਈਨਾਂ ਦੇ ਵਿੱਚ ਆਪਣੇ ਖੋਲ੍ਹਦੇ ਪੀਸ ਮਾੜਾ ਜਿਹਾ, ਕਿਉਂਕਿ ਆਈਟਮ ਅਲੱਗ ਹੋ ਗਈ ਨਾ, ਰੇਟ ਸੇਮ ਹੀ ਹੈ ਨਾ, ਇਸ ਕਰਕੇ ਦਿਖਾਰੇ ਕੋਈ ਨਾ। ਦੁਪੱਟਾ ਵੀ ਦਿਖਾਰੇ ਨਾ, ਇੱਦਾਂ ਗਾਹਕ ਨੂੰ ਪਤਾ ਨਹੀਂ ਲੱਗਦਾ ਕੀ ਚੀਜ਼ ਹੈਗੀ ਆ। ਇੱਕ ਚੈੱਕ ਵਾਲਾ, ਮਤਲਬ ਕਲਰ ਸੇਮ ਹੀ ਆ ਜੀ, ਡਿਜ਼ਾਇਨ ਅਲੱਗ ਅਲੱਗ ਨੇ, ਰੇਟ ਸੇਮ ਹੈ। ਇਹਦੇ ਵਿੱਚ ਲਾਈਨਾਂ ਨੇ, ਆਹ ਦੇਖੋ ਲਾਈਨਾਂ ਨੇ ਐਮਬਰਾਇਡਰੀ ਦੀਆਂ। ਨੀਚੇ ਬਾਰਡਰ ਸੇਮ ਆ ਗਿਆ। ਇਹਦੇ ਦੁਪੱਟੇ 'ਤੇ ਲੈਂਥ ਵਾਲੇ ਪਾਸੇ ਐਮਬਰਾਇਡਰੀ ਆ, ਉਹਦੇ ਦੁਪੱਟੇ ਦੇ ਪੱਲਿਆਂ 'ਤੇ ਐਮਬਰਾਇਡਰੀ ਆ, ਇਹਦੇ ਲੈਂਥ ਵਾਲੇ ਪਾਸੇ ਐਮਬਰਾਇਡਰੀ ਆ। ਦੁਪੱਟੇ ਦਾ ਫੈਬਰਿਕ ਸੇਮ ਆ, ਸ਼ਰਟ ਦਾ ਬੋਟਮ ਦਾ ਫੈਬਰਿਕ ਸੇਮ ਆ, ਰੇਟ ਵੀ ਸੇਮ ਹੀ ਆ। ਆਈਟਮ ਨੰਬਰ 5 ਆ, 3560 ਰੁਪਏ ਰੇਟ ਨਿਕਲਿਆ ਤਾ ਜੀ। ਬਾਕੀ ਚੀਜ਼ ਬਾਕੀ ਜ਼ਬਰਦਸਤ ਆ। ਹਾਂਜੀ, ਚਲੋ ਅੱਗੇ ਜੀ। ਲਓ ਜੀ, ਇੱਕ ਲੇਲਨ ਦੇ ਉੱਤੇ ਆਈਟਮ ਆਈ ਹੈ, ਇਹ ਵੀ ਚੀਜ਼ ਬਹੁਤ ਪਿਆਰੀ ਹੈ ਜੀ ਇਹਦੀ। ਇਹ ਪ੍ਰਿੰਟਿੰਗ ਦੇ ਵਿੱਚ ਹੈ ਜੀ, ਹਲਕੀ ਜੀ ਐਮਬਰਾਇਡਰੀ ਆ ਕੜਦਾਨੇ ਦੀ। ਆਹ ਦੇਖੋ, ਬਾਕੀ ਤਾਂ ਕੁਛ ਨਹੀਂ ਹੈਗਾ, ਸਿਰਫ ਪ੍ਰਿੰਟ ਆ ਸਾਰਾ ਲੇਲਨ ਦਾ। ਆਹ ਨੀਚੇ ਸਿਰਫ ਰੇਸ਼ਮ ਦੇ ਫਲਾਵਰ ਸੈੱਟ ਕੀਤੇ ਨੇ, ਦੇਖੋ ਨਾ ਜਿੱਦਾਂ ਫਲਾਵਰ ਹੈ ਉਹੀ ਫਲਾਵਰ ਨੂੰ ਐਮਬਰਾਇਡਰੀ ਦੇ ਵਿੱਚ ਸੈੱਟ ਕੀਤਾ ਹੋਇਆ ਨੀਚੇ, ਠੀਕ ਹੈ ਜੀ। ਆਹ ਨੈਕ ਉੱਤੇ ਬਿਲਕੁਲ ਬਰੀਕ ਜਿਹਾ ਕੰਮ ਦਿੱਤਾ ਇਹਦੇ 'ਚ, ਇਹਦੇ ਹਲਕਾ ਜਿਹਾ ਨੀਚੇ ਤਿੱਲਾ ਵਾ, ਦਬਕੇ ਦਾ ਕੰਮ ਹੈ, ਸਿੱਪੀ ਹੈ। ਇਹ ਕੁੜਤਾ ਪੱਟੀ ਨੈਕ ਹੈ, ਤੁਸੀਂ ਇਹਦੇ 'ਚ ਬੈਨ ਨੈਕ ਵੀ ਦੇ ਸਕਦੇ ਹੋ, ਉੱਪਰ ਹਾਫ ਬੈਨ ਵੀ ਦੇ ਸਕਦੇ ਹੋ। ਬਾਕੀ ਗਲੇ ਦੀ ਸ਼ੇਪ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਦੇਣੀ ਹੈ। ਅਤੇ ਦੁਪੱਟੇ ਦੇ ਚਾਰੇ ਪਾਸੇ ਨਹੀਂ, ਲੈਂਥ ਵਾਲੇ ਪਾਸੇ ਐਮਬਰਾਇਡਰੀ ਹੈ। ਪਿਓਰ ਸ਼ਿਫੋਨ ਦੀ ਚੁੰਨੀ ਹੈ, ਲੇਲਨ ਦੀ ਪ੍ਰਿੰਟਡ ਸ਼ਰਟ ਹੈ, ਕੋਟਨ ਦੀ ਬੋਟਮ ਹੈ। ਇੱਕ ਕਲਰ ਹੈਗਾ ਇਹ 'ਚ, ਮਤਲਬ ਗ੍ਰੇ ਉੱਤੇ ਇਹ ਗਾਜਰੀ ਪਿੰਕ ਹੈ, ਇੱਕ ਗ੍ਰੇ ਉੱਤੇ ਹੈਗਾ ਡਸਟੀ ਮਹਿੰਦੀ ਕਲਰ ਹੈ। ਦੇਖੋ ਐਮਬਰਾਇਡਰੀ ਇਸ ਤਰ੍ਹਾਂ ਹੀ, ਬਹੁਤ ਹੀ ਪਿਆਰੇ ਕੋਨਸੈਪਟ ਨੇ। ਸਾਡੇ ਕੋਲ ਨਾ ਬਹੁਤੀ ਕਢਾਈ ਨਹੀਂ ਵਿਕਦੀ ਕੋਟਨ ਦੇ ਵਿੱਚ, ਐਕਸਕਲੂਸਿਵ ਵਿਕਦਾ, ਭਾਵੇਂ ਸੂਟ 6000 ਦਾ ਹੋਵੇ ਉਹ ਵਿਕਦਾ ਕੋਟਨ ਦੇ ਵਿੱਚ। ਆਈਟਮ ਨੰਬਰ 6 ਪ੍ਰਾਈਜ਼ ਪਏਗਾ 2980 ਰੁਪਏ ਜੀ। ਚਲੋ ਅੱਗੇ ਜੀ। ਹਾਂਜੀ, ਗਗਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਪਰਮਜੀਤ ਜੀ, ਜਸਪ੍ਰੀਤ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦੀਦੀ ਸਾਰੇ ਵੀਡੀਓ ਸ਼ੇਅਰ ਕਰਿਆ ਕਰੋ, ਇੱਕ ਦੇਖੋ ਪੋਲਕਾ ਡੋਟ ਆ ਗਿਆ ਜੀ ਅਲੀਆਂ, ਛੋਟੇ ਵੱਡੇ ਪੋਲਕਾ ਡੋਟ 'ਚ, ਬਹੁਤ ਸੋਹਣੀ ਆਈਟਮ ਹੈ ਜੀ ਅਲੀ। ਅੱਜ ਕੱਲ੍ਹ ਉਹ ਬੈਲੂਨ ਜੇ ਵੀ ਮਿਲਦੇ ਨਾ ਇੱਦਾਂ ਦੇ, ਹੈ ਨਾ, ਉਹ ਪਾਣੀ 'ਚ ਪਾ ਕੇ ਰੱਖਦੇ, ਫੁੱਲ ਜਾਂਦੇ ਨੇ, ਦੇਖਣ ਨੂੰ ਉੱਦਾਂ ਹੀ ਲੱਗਦੇ ਆ। ਲੇਲਨ ਦੇ ਵਿੱਚ ਆ ਪ੍ਰਿੰਟਿੰਗ ਹੈ ਸਾਰੀ ਜੀ, ਇਹ ਸੇਮ ਇਹਦੀ ਬੈਕ ਆਏਗੀ ਇਸ ਤਰ੍ਹਾਂ ਹੀ ਜੀ। ਇਹਦੇ 'ਚ ਨਾ ਹਲਕਾ ਜਿਹਾ ਬੋਰਡਰ ਵੀ ਦਿੱਤਾ ਹੋਇਆ, ਆਪਾਂ ਇਹਨੂੰ ਡਿਜ਼ਾਇਨਿੰਗ ਵਾਸਤੇ ਯੂਜ਼ ਕਰ ਸਕਦੇ ਹਾਂ। ਸੇਮ ਕਲਰ ਦੀ ਬੋਟਮ ਆਏਗੀ, ਗ੍ਰੇ ਕਲਰ ਦੀ ਕੋਟਨ ਦੀ, ਅਤੇ ਦੁਪੱਟਾ ਆਏਗਾ ਸੇਮ ਇੱਦਾਂ ਹੀ। ਬਟ ਦੁਪੱਟਾ ਖੋਲੋਗੇ ਮਾੜਾ ਜਿਹਾ, ਦੁਪੱਟੇ ਉੱਤੇ ਵੀ ਹੈ ਪੋਲਕਾ ਡੋਟ ਜਾਂ ਥੋੜ੍ਹੀ ਜਿਹੀ, ਲੇਕਿਨ ਸਾਈਜ਼ ਉਹਦੇ 'ਚ ਵੱਡਾ ਕਰਤਾ, ਤਾਂ ਕਿ ਦੇਖੋ ਕੁਛ ਨਾ ਕੁਛ ਤਾਂ ਉਲਟਾ ਪੁਲਟਾ ਕਰਨਾ ਪਏਗਾ ਨਾ, ਤਾਂ ਹੀ ਚੰਗਾ ਲੱਗੇਗਾ। ਆਪਾਂ ਸੇਮ ਬਿੰਦੀ ਕਰ ਦਾਂਗੇ, ਮਜ਼ਾ ਨਹੀਂ ਆਏਗਾ ਉੱਤੇ। ਹਾਂ ਦੇਖੋ, ਆਹ ਲੁੱਕ ਹੈ, ਗ੍ਰੇ ਦੇ ਉੱਤੇ ਮਲਟੀ ਡੋਟ ਹੈ ਪ੍ਰਿੰਟਿੰਗ ਦੇ ਵਿੱਚ, ਥੋੜ੍ਹੇ ਜਿਹੇ ਬਿੱਗ ਸਾਈਜ਼ ਦੁਪੱਟੇ ਦੇ ਕਰਤੇ। ਇਹਦੇ 'ਚ ਦੂਜੇ ਉੱਤੇ ਆ ਗਿਆ ਇੱਕ ਕਰੀਮ ਦੇ ਉੱਤੇ ਮਲਟੀ ਡੋਟ ਹੈ, ਮਤਲਬ ਕੰਸੈਪਟ ਸੇਮ ਹੈ, ਕਲਰ ਚੇਂਜ ਹੈ, ਆਈਟਮ ਸੇਮ ਹੈ। ਲੇਲਨ ਦਾ ਫੈਬਰਿਕ ਹੈ, ਲੇਲਨ ਦੀ ਚੁੰਨੀ, ਕੋਟਨ ਦੀ ਬੋਟਮ, 7 ਨੰਬਰ ਆਈਟਮ, 3600 ਰੇਟ ਨਿਕਲਿਆ ਜੀ, 3600। ਹਾਂਜੀ, ਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਲੀ ਸਾਹਿਬ ਸਤਿ ਸ਼੍ਰੀ ਅਕਾਲ, ਡਾਕਟਰ ਏਕਤਾ ਵੈਰੀ ਗੁੱਡ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਲਓ ਜੀ, ਕਿਆ ਚੀਜ਼ ਦੇਣਾ ਜੀ ਕੋਟਨ ਦੇ ਵਿੱਚ ਕਰੀਮ ਦੇ ਉੱਤੇ। ਇਹ ਪਿਓਰ ਮਸਲੀਨ ਦਾ ਫੈਬਰਿਕ ਹੈ, ਇਹਦੇ ਉੱਪਰ ਸੈਲਫ ਐਮਬਰਾਇਡਰੀ, ਇੱਕ ਤਾਂ ਪਹਿਲਾਂ ਕਰੀਮ, ਫਿਰ ਹੈ ਸੈਲਫ ਹੀ, ਹਲਕੀ ਜਿਹੀ ਨਾ ਬਰਸ਼ਿੰਗ ਕੀਤੀ ਹੈ ਪਿੰਕ ਅਤੇ ਯੈਲੋ ਅਤੇ ਗ੍ਰੀਨ ਅਤੇ ਗ੍ਰੇ ਕਲਰ ਦੀ।
देखो गलबात है पूरी पीस की, मसलीन फैब्रिक है, थोड़ा जहा मतलब इन्होंने सैमी फॉर्मल बनाया हुआ जिमें क्रीम कलर है जिमें। हाँ देखो वो एम्ब्रायडरी देखो, प्रिंटिंग है, ब्रशिंग है, उत्ते एम्ब्रायडरी है, साइडा ते लेस दिता, पैनल दिता हुआ, उपर नैक के उत्ते सैल्फ एम्ब्रायडरी है, नाल हल्का जहा कड़दाना थोड़ा जहा मतलब लुक फैंसी की है, कॉटन के ही दुपट्टे के पूरी एम्ब्रायडरी लेंथ वाले पास, एक तो सैल्फ एम्ब्रायडरी आ गई जी घेरे तरीके की है, एक सेम उत्ते मल्टी आ गई घेरे वाली भी, एक क्रीम के उत्ते एक पिंक है, दूजा है सी ग्रीन के उत्ते जी मल्टी लाइट ब्लू जाना सी ग्रीन टाइप, दोनों पीस बहुत सुपर ने जी, ये प्योर मसलीन कॉटन के सूट ऑल ओवर है, दुपट्टा नाले जॉर्जेट ऑर्गेंजा का सॉफ्ट, आइटम नंबर 8 प्राइस पेगा 5250 रुपये जी, 5250 5 की रेंज है, पीस बहुत प्यारा जी, ग्रे कलर के सूट की सलवार कैसी है, कॉटन की सलवार है मैडम जी, हाँ जी मीन हाँ जी गलो गलोत्रा जी कॉटन की सलवार है नाले, एक है देखो बर्बरी चैक के आइटम आई है, ये भी चीज़ बहुत सोहनी है जी, ये सारा नीचे चैक प्रिंटिंग के ही है जी, ये मसलीन फैब्रिक है, सेम कलर का नीचे बॉर्डर एम्ब्रायडरी का, वो उपर पारसी वर्क दिते ने सारे, इसका पिंक कलर ग्रे कलर पूरे फारसी ने, कॉर्नर से एम्ब्रायडरी है, उपर इस तरह ही चैसट तो उपर पोर्शन से एम्ब्रायडरी आएगी, इन बोलते हैं प्लेसिंग पैटर्न, बाकी तुम अपना ना रख लो जो कहो अभी वो कह देंगे, पर असं इन प्लेसिंग पैटर्न कहने, दुपट्टे के कॉर्नर बने ने इस तरह ये चारे पास हल्की हल्की एम्ब्रायडरी है, ऑर्गेंजा की चुन्नी है, मसलीन की शर्ट है, चैक वाली बॉटम प्लेन, दूजा कलर आएगा कॉपर पीच कलर जी, वाला एम्ब्रायडरी सैल्फ ही है जिमें ये उस कलर की मतलब मिक्स एंड मैच होंगी है, हल्का जहा कंट्रास्ट यूज करते हैं ताकि रिच लुक आ जाए पीस की, है ना जी। दो जी प्राइस की आइटम नंबर 9 4500 रुपये रेट निकलिया जी, सानू कॉटन के किसी ने उच्ची रेंज नहीं दिखानी जी, क्योंकि हर बंदे को उच्ची रेंज नहीं बिकती कॉटन की, हर एक शहर का अपना अपना टेस्ट है, लुधियाने का टेस्ट अलग है, जलंधर का अलग है, लो जी क्या देखो लिलन दे विच डिजिटल दुपट्टे आइटम आई है, ये टैकफैब ब्रांड है जी बॉम्बे का, वो आइटम है टैकफैब ब्रांड, तुझे नाम सुनया होगा, यह सारी प्रिंटिंग है सारी देखो ये मिक्स एंड मैच प्रिंटिंग, हाँ नीचे पूरी एम्ब्रायडरी देखो ये खासियत देखो तुम, यह सारी एम्ब्रायडरी है, पहला नीचे स्कैल्पिंग वाली एम्ब्रायडरी है, फिर यह सारी इस तरह चिकनकारी टाइप होल्स वाली एम्ब्रायडरी है, इस तरह यह सारा वर्क है, मतलब देखो ना पीच के उत्ते हल्का जहा पिस्ता लेकिन जच लिया पूरा, ठीक है जी, हल्की जी एम्ब्रायडरी उपर नैक के करती पी इस तरह पिस्ता कलर के उपर बटन देते नाले दे। बैक से सेम प्रिंटिंग आएगी, फुल बाजू की ऑप्शन है, दुपट्टा टोटली नाले डिजिटल के दुपट्टे एक तो लाइना भी ने चेक लाइना ने, फिर वो प्रिंटिंग है, दुपट्टा है चंदेरी टाइप के, मतलब थोड़ा हल्का शाइनिंग वाला दुपट्टा वा, लिलन का सूट है, कॉटन की बॉटम है, दूजा कलर है लैमन उत्ते सी ग्रीन, ये पीच उत्ते ग्रीनिश कलर, बहुत सुपर पीस ने जी, प्राइस दे बेटा की आइटम नंबर 10 प्राइस पेगा 2540 रुपये जी का, रुचि अरोड़ा जी, मनी शर्मा जी, सत श्रीकाल जी सारू जी, नमनदीप बेदी साहब ने साढ़े बंदे आ गए, बेदी साहब है सत श्रीकाल बेदी साहब, लो जी क्या देखना मसलीन के उत्ते आइटम आई है, यह अपनी ये बचित्रा प्रिंट सा जी, सिलक उत्ते प्रिंटिंग किस टाइम के आती सी, हूँ कॉटन के उत्ते प्रिंटिंग कराई है, इन्हू देखो हल्का जहा ग्रीनिश कलर का बेस है, और उत्ते ब्राउन कलर की प्रिंटिंग है सारी, उस प्रिंटिंग के नाल आ भी है जी महाराज, ये तो तुम देखी नहीं चीज़ा, देखो नीचे ब्राउन एम्ब्रायडरी, हल्का जहा मीनाकारी तिले की एम्ब्रायडरी, देखो ना इन्नी चीज जचती है पाई से, मतलब आप इन ओवर कर देंगे सिप्पियां दे देंगे मोती दे देंगे किसी ने देखना नहीं दिल्ली, फिर हल्का जहा घेरे से एम्ब्रायडरी है, बिल्कुल बारीक जहा नैक दिता उत्ते आ पूरी लुक आएगी शर्ट की, इस तरह ही सेम बैक प्रिंटिंग, दुपट्टा आएगा मल्टी लाइना के भी, दो तरह के बॉर्डर देते, एक एम्ब्रायडरी देती एक लेस देती उपर, यह है ग्रीन के उत्ते ब्राउन, दूजा है अपना डस्टी ग्रीन के उत्ते लाइट जहा माउस कलर के नाल, इस तरह हल्का जहा तिले का कम आ लो पूरे आर्टिकल की आएगी, दो जी प्राइस की आइटम नंबर 11 सिर्फ 3700 रेट निकलिया जी, बहुत फाइन फैब्रिक है, देखो लाइनिंग तो बिना भी बन सकता लेकिन लाइनिंग लवा लोगे तो थोड़ी गेटअप ज़्यादा आ जाती चीज़ की जी, क्योंकि सानू भी गाहक की चीज़ गाहक ने पैसे लाए ने तो लुक वधिया निकलनी चाहिए, वो शर्ट तले लाइनिंग लवाया करो भावें बॉटम के नीचे ना लवाया करो, लो जी क्या देखना जरा ये रिब कॉटन के आइटम आई है, ये सारा इस तरह फैब्रिक हों जिदा हैंडलूम आता से ना पहला, लेकिन मिल मेड फैब्रिक है, यह पूरी शर्ट का देखो फ्रंट देखो तुम हो बाकी बंब आइटम, नीचे पहला एम्ब्रायडरी आ गई, ये उपर आरी का कम है, नाल नाल तिले का नीचे कड़दाने की सैटिंग है, ये ब्रशिंग आ गई, ये कैलकटा की बुटीक है जी भाभी जी, वो आइटम है, ये देखो पिंक
ਗ੍ਰੀਨ ਫਲਾਵਰ ਸਾਰੇ ਹਾਈਲਾਈਟ ਕੀਤੇ ਨੇ। ਆਹ ਦੇਖੋ ਤੁਸੀਂ, ਆਹ ਪੂਰੀ ਸ਼ਰਟ ਦਾ ਫਰੰਟ ਹੈ ਬੇਟੇ। ਨੀਚੇ ਕਰ ਨੈੱਕ ਬਣਾ ਦਿਖਾ ਦੇਣਾ, ਨੈੱਕ ਤੈਨੂੰ ਚੰਗਾ ਲੱਗਾ ਕੀ ਗੱਲ, ਦਿਖਾ ਦੇ ਮੇਰੇ। ਆਹ ਦੇਖੋ ਨੈੱਕ 'ਤੇ ਹਲਕੀ ਜਿਹੀ ਐਮਬਰਾਇਡਰੀ ਹੈ, ਰੇਸ਼ਮ ਦਾ ਕੰਮ ਹੈ, ਹਲਕਾ ਜਿਹਾ ਗੋਟੇ ਸ਼ਟਿੰਗ ਦਿੱਤੀ ਹੈ, ਨਾਲ ਨਾਲ ਜਿਵੇਂ ਨਾ ਦਬਕਾ ਹੁੰਦਾ ਡੋਰੀ ਦਾ ਕੰਮ ਹੈ ਇਹਦੇ 'ਚ, ਅਤੇ ਨਾਲ ਇਹਦੇ ਨੀਚੇ ਪਲਾਜ਼ੋ ਆਏਗਾ ਇਸ ਤਰ੍ਹਾਂ ਚਿਕਨਕਾਰੀ ਦਾ, ਅਤੇ ਦੁਪੱਟਾ ਨਾਲ ਆਏਗਾ ਕੋਟੇ ਦਾ ਦੁਪੱਟਾ। ਵਾਕਈ ਯਾਰ ਬਹੁਤ ਪਿਆਰੀ ਆਈਟਮ ਹੈ, ਦੁਪੱਟੇ 'ਤੇ ਵੀ ਬਰੱਸ਼ਿੰਗ ਆ ਚਾਰੇ ਪਾਸੇ, ਆਊਟਿੰਗ ਆ ਉਹਦੇ 'ਤੇ, ਨਾਲ ਨਾਲ ਲੇਸ ਆ। ਆਹ ਲੁੱਕ ਆਏਗੀ, ਗ੍ਰੀਨ ਕਲਰ ਹੈ, ਦੂਜਾ ਗ੍ਰੇ ਕਲਰ ਹੈ ਜੀ ਇਹਦਾ। ਦਿਓ ਜੀ ਪ੍ਰਾਈਸ, ਆਈਟਮ ਨੰਬਰ ਅੱਜ ਦੀ ਵੀਡੀਓ ਦੀ 12, ਪ੍ਰਾਈਸ ਪਏਗਾ 4180 41 80। ਹਾਂਜੀ ਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਲਾਈਨਿੰਗ ਲੱਗਣੀ, ਇਹਦੇ ਨੀਚੇ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੀ ਮੈਡਮ ਜੀ। ਹਾਂਜੀ ਜਿਹੜਾ ਮੈਂ ਤੁਹਾਨੂੰ ਹੁਣ ਇਸ ਤੋਂ ਪਹਿਲਾਂ ਖੋਲਿਆ ਸੀਗਾ ਉਹਦੇ ਨੀਚੇ ਲਾਈਨਿੰਗ ਦੀ ਲੋੜ ਨਹੀਂ। ਇੱਕ ਆਹ ਦੇਖਣਾ ਪ੍ਰਿੰਟਿੰਗ ਜਿਹੜਾ ਜੀ, ਬਹੁਤ ਹੀ ਪਿਆਰਾ ਕੋਨਸੈਪਟ ਹੈ, ਪਿਓਰ ਮਸਲੀਨ ਹੈ ਜੀ ਇਹਦਾ। ਇਹ ਆਲ ਓਵਰ ਸੂਟ ਹੈ ਜੀ ਇਹਦਾ, ਆਲ ਓਵਰ ਬੇਟੇ ਕਿ ਮੈਚਿੰਗ ਨਾਲ ਦੀ, ਮੈਨੂੰ ਤਾਂ ਆਲ ਓਵਰ ਲੱਗ ਰਿਹਾ ਬੜੇ। ਹਾਂ ਇਹ 5 ਮੀਟਰ ਸੂਟ ਹੈ ਜੀ ਇਹਦਾ, ਜਿਵੇਂ ਅੱਜ ਕੱਲ੍ਹ ਕੋਟ ਸੈੱਟ ਚੱਲ ਰਹੇ ਨੇ ਤੁਸੀਂ ਉਹ ਵੀ ਬਣਾ ਸਕਦੇ ਹੋ, ਬਹੁਤ ਜੱਚਦਾ ਪਾਇਆ ਇਸ ਗੱਲ ਨਹੀਂ ਕੁੜੀਆਂ ਨੂੰ, ਪ੍ਰਿੰਟ ਉੱਦਾਂ ਦਾ ਨਾ ਥੋੜ੍ਹਾ ਬ੍ਰਾਈਟ ਪ੍ਰਿੰਟ ਹੈ। ਕੋਟ ਸੈੱਟ ਵੀ ਬਣਾ ਸਕਦੇ ਹੋ, ਬਾਕੀ ਸਿੰਪਲ ਸੂਟ ਬਣਾ ਕੇ ਨਾਲ ਸਲਵਾਰ ਵੀ ਬਣਾ ਸਕਦੇ ਹੋ, ਉਹ ਚੋਇਸ ਤੁਹਾਡੀ ਹੈ। ਬਾਕੀ ਤੁਹਾਨੂੰ ਅਸੀਂ ਦੱਸਿਆ ਵਾ, ਇਹ ਨਹੀਂ ਕਿ ਤੁਸੀਂ ਕੋਟ ਸੈੱਟ ਹੀ ਬਣਾਉਣਾ, ਤੁਸੀਂ ਕਿਉਂਕਿ ਭਾਅ ਜੀ ਨੇ ਕੋਟ ਸੈੱਟ ਕਿਹਾ ਸੀਗਾ ਜੀ, ਲੇਕਿਨ ਲਾਈਕਿੰਗ ਹਰ ਦੀ ਆਪਣੀ ਆਪਣੀ ਹੈ। ਮਤਲਬ ਅੱਜ ਕੱਲ੍ਹ ਕੋਟ ਸੈੱਟ ਦੇ ਵਿੱਚ ਪ੍ਰਿੰਟਿੰਗ ਇੱਦਾਂ ਦੀ ਬਹੁਤ ਅੱਛੀ ਲੱਗਦੀ ਪਾਈ ਹੋਈ। ਆਲ ਓਵਰ 5 ਮੀਟਰ ਸੂਟ ਹੈ, ਮਸਲੀਨ ਦਾ ਨਾਲ ਮਸਲੀਨ ਦੀ ਚੁੰਨੀ ਆ, 2 ਕਲਰ ਨੇ ਜੀ, ਹੈਗਾ ਬਲੂ ਗ੍ਰੀਨ ਕਲਰ ਹੈਗਾ, ਇਹ ਹੈਗਾ ਮਹਿੰਦੀ ਗ੍ਰੀਨ ਕਲਰ ਵਾਲਾ। ਬਹੁਤ ਪਿਆਰਾ ਕੋਨਸੈਪਟ ਹੈ ਪਿਓਰ ਮਸਲੀਨ ਦੇ ਉੱਤੇ। ਆਈਟਮ ਨੰਬਰ 13 ਅਤੇ ਸਿਰਫ ਰੇਟ ਵੀ ਠੀਕ ਹੈ ਯਾਰ, 2460 ਰੁਪਏ ਰੇਟ ਨਿਕਲਿਆ ਤਾਂ। ਬਾਕੀ ਯਾਰ ਗੱਲਬਾਤ ਹੈਗੀ ਆਈਟਮ ਦੀ। ਹਾਂਜੀ ਡਾਕਟਰ ਮਨਪ੍ਰੀਤ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਰੀਨਾ ਸਤਿ ਸ਼੍ਰੀ ਅਕਾਲ ਜੀ, ਮੋਨਿਕਾ ਸਤਿ ਸ਼੍ਰੀ ਅਕਾਲ ਜੀ। ਲਓ ਜੀ ਕਹਾਂ ਦੇਖੋ ਚੀਜ਼ ਆਈਟਮ ਜੀ, ਬਹੁਤ ਪਿਆਰਾ ਕੋਨਸੈਪਟ ਆਇਆ। ਇਹ ਪਹਿਲਾ ਆਈਟਮ ਸਾਡੇ ਕੋਲ ਆ ਰਹੀ ਸੀ ਆਰੀ ਉੱਤੇ, ਇਹ ਫੈਬਰਿਕ ਵੀ ਨਵਾਂ ਲਾਂਚ ਹੋਇਆ ਜੀ ਇਹਦਾ। ਹਾਂ ਦੇਖੋ ਇਹ ਚੀਜ਼, ਉਹ ਦੇਖੀ ਉੱਤੇ ਨੰਬਰ ਲਿਖਿਆ, ਬੋਲੀ ਕੀ ਲੱਗਣਾ ਜੀ ਹੁਣ ਜੀ, ਦੂਜਾ ਵੀ ਸਕੂਲ ਆਏ ਖੋਲਦੇ ਆ, ਕੰਨੀ ਦੇ ਨੰਬਰ। ਆਹ ਦੇਖੋ ਪ੍ਰਿੰਟਿੰਗ ਆਏਗੀ ਇਸ ਤਰ੍ਹਾਂ ਇਹਦੇ 'ਚ, ਰੋਜ਼ ਕੋਟਨ ਬੋਲਦੇ, ਕਿਹੜਾ ਰੋਜ਼ ਸਿਲਕ ਹੈ। ਲਓ ਜੀ ਇਹ ਪ੍ਰਿੰਟਿੰਗ ਆਏਗੀ, ਇਹਨੂੰ ਰੋਜ਼ ਸਿਲਕ ਬੋਲਦੇ ਨੇ ਕੱਪੜੇ ਨੂੰ, ਹਲਕੀ ਜਿਹੀ ਸ਼ਾਈਨਿੰਗ ਹੁੰਦੀ ਇਹਦੇ 'ਚ, ਇਹ ਸਾਰੀ ਪ੍ਰਿੰਟਿੰਗ ਹੈ ਇਹਦੇ 'ਚ। ਆਲ ਓਵਰ ਪੂਰੀ ਸ਼ਰਟ ਦਾ ਫਰੰਟ ਹੈ, ਬੈਕ ਸੇਮ ਪ੍ਰਿੰਟਿੰਗ, ਫੁੱਲ ਬਾਜੂ, ਗ੍ਰੇ ਕਲਰ ਦੀ ਬੋਟਮ, ਦੁਪੱਟਾ ਨਾਲ ਬਹੁਤ ਪਿਆਰਾ ਰਿਹਾ ਇਸ ਤਰ੍ਹਾਂ ਜੀ। ਦੇਖੋ ਲਾਈਟ ਵੇਟ ਦੁਪੱਟਾ ਵਾ, ਇੱਕਦਮ ਚਨੌਨ ਦੁਪੱਟਾ, ਪਿਓਰ ਚਨੌਨ ਦਾ ਦੁਪੱਟਾ ਕਮਲ ਦਾ, ਉਹਦੇ 'ਤੇ ਪ੍ਰਿੰਟਿੰਗ ਹੈ। ਜਿਵੇਂ ਆਪਾਂ ਥੋੜ੍ਹੇ ਜਿਹੇ ਆਪਣੇ ਘਰਾਂ 'ਚ ਵੀ, ਜਿਵੇਂ ਵੱਡੀ ਸਿਸਟਰ ਹੋ ਗਈ ਜਾਂ ਕੋਈ ਵੀ ਮਤਲਬ ਜਿਹਨੇ ਪਾਉਣਾ, ਅਤੇ ਦੁਪੱਟਾ ਵੀ ਬਹੁਤ ਸੋਹਣਾ ਜੀ ਇਹਦਾ, ਸਰਦਾਰੀ ਟੇਸਟ ਜਿਵੇਂ ਆਪਾਂ ਕਹਿ ਸਕਦੇ ਨਾ, ਦੁਪੱਟਾ ਪਿੱਛੋਂ ਦੀ ਆਪਾਂ ਬੁੱਕਲ ਮਾਰ ਕੇ ਵੀ ਲੈ ਸਕਦੇ ਹਾਂ, ਉਹ ਹਰ ਇੱਕ ਦਾ ਆਪਣਾ ਆਪਣਾ ਸਟਾਈਲ ਆ ਲੈਣ ਦਾ, ਮਤਲਬ ਮੇਰੇ ਕਹਿਣ ਦਾ ਮਤਲਬ ਦੁਪੱਟਾ ਖੁੱਲ੍ਹਾ ਡੁੱਲਾ ਵਾ, ਜਿੱਦਾਂ ਮਰਜ਼ੀ ਆਪਾਂ ਯੂਜ਼ ਕਰ ਸਕਦੇ ਹਾਂ। ਧਾਲੀਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਆਹ ਦੇਖੋ 2 ਕਲਰ ਨੇ ਜੀ ਇਹਦੇ, ਇਹ ਅਸੀਂ ਆਪਣੀ ਪ੍ਰਿੰਟਿੰਗ ਕਰਾਈ ਦੀ ਹੈ ਦੇਖੋ ਇਸ ਤਰ੍ਹਾਂ ਜੀ। ਆਹ ਦੇਖੋ ਲਿਖਿਆ ਨਾ ਬਲਬੀਰ ਸਟੋਰ, ਇਹ ਆਪਣਾ ਮਾਲ ਬਣਾਈ ਦਾ, ਸਾਰੇ ਆਪਣੀ ਪ੍ਰਿੰਟਿੰਗ ਹੈ ਸਾਰੀ ਜੀ ਇਹ। 2 ਕਲਰ ਨੇ ਜੀ ਇਹਦੇ 'ਚ। ਆਈਟਮ ਨੰਬਰ 14, ਪ੍ਰਾਈਜ਼ ਪਏਗਾ 3600 ਰੁਪਈਆ ਸਿਰਫ ਇਹਦਾ। ਲਓ ਜੀ ਪ੍ਰਿੰਟਿੰਗ ਦੇ ਵਿੱਚ ਆਈਟਮ ਦੇਖੋ ਜਿਹੜਾ, ਇਹ ਵੀ ਪਿਓਰ ਮਸਲੀਨ ਦੇ ਉੱਤੇ ਆਈਟਮ ਹੈ ਇਹ। ਆਲ ਓਵਰ 5 ਮੀਟਰ ਸੂਟ ਦੀ ਲੈਂਥ ਆਏਗੀ ਪ੍ਰਿੰਟਿੰਗ ਦੇ ਵਿੱਚ, ਬਹੁਤ ਐਕਸਕਲੂਸਿਵ ਪ੍ਰਿੰਟ ਆ ਜੀ ਇਹਦਾ, ਪਿਓਰ ਮਸਲੀਨ ਦੇ ਉੱਤੇ। ਸੋਰੀ ਗੁੱਡ ਕਲੈਕਸ਼ਨ, ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ। ਲਓ ਜੀ ਇਹ ਦੇਖੋ ਆਲ ਓਵਰ ਪ੍ਰਿੰਟ ਆ ਜੀ ਇਹਦਾ, ਇਹ ਵੀ ਉਸ ਤਰ੍ਹਾਂ ਹੀ ਕੋਟ ਸੈੱਟ ਵਾਸਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ, ਬੜੇ ਚਲਾਈ ਵਾਲੇ ਜੀ ਦਾ। ਇੱਕ ਮਿੰਟ ਲਾਈਟ ਚਲੀ ਗਈ ਜੀ, ਜਨਰੇਟਰ ਚੱਲ ਰਿਹਾ, ਪਰ ਤੁਹਾਨੂੰ ਵੀਡੀਓ ਆਪਾਂ ਜਾਰੀ ਰੱਖਾਂਗੇ, ਐਸੀ ਗੱਲ ਨਹੀਂ ਕੋਈ। ਆਲ ਓਵਰ ਪ੍ਰਿੰਟਡ ਆ ਦੇਖੋ, ਸੇਮ ਇਹਦੇ ਨਾਲ ਬੋਟਮ ਆਏਗੀ, ਉਹ ਤੁਹਾਡੀ ਲਾਈਕਿੰਗ ਹੈ, ਤੁਸੀਂ ਕੀ ਬਣਾਉਣਾ ਚਾਹੁੰਦੇ ਹੋ, ਨੀਚੇ ਪੈਂਟ ਬਣਾਉਣਾ ਚਾਹੁੰਦੇ ਹੋ, ਪਲਾਜ਼ੋ ਬਣਾਉਣਾ ਚਾਹੁੰਦੇ ਹੋ, ਫੁੱਲ ਸਲਵਾਰ ਬਣਾਉਣਾ ਚਾਹੁੰਦੇ ਹੋ, ਪਟਿਆਲਾ ਟਾਈਪ, ਮਤਲਬ ਕੁਛ ਵੀ ਬਣ ਸਕਦਾ ਨਾਲ। ਦੁਪੱਟਾ ਖੋਲੋ ਭਾਈ ਸਾਹਿਬ ਜਿਹੜਾ, ਦੁਪੱਟਾ ਵੀ ਬਹੁਤ ਪਿਆਰਾ ਜੀ ਇਹਦਾ। ਡਿੰਪਲ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਕੌਰ ਜੈਸਮੀਨ ਜੀ ਸਤਿ ਸ਼੍ਰੀ ਅਕਾਲ ਜੀ, ਸੰਤੋਸ਼ ਰਾਣੀ ਜੀ ਸਤਿ ਸ਼੍ਰੀ ਅਕਾਲ ਜੀ, ਨਵਕਿਰਨ ਜੀ ਸਤਿ ਸ਼੍ਰੀ ਅਕਾਲ ਜੀ। ਲਓ ਜੀ ਦੂਜਾ ਪੀਸ ਇਹਦੇ 'ਚ ਆਏਗਾ ਜੀ ਇਹਦਾ, ਬਹੁਤ ਹੀ ਸੁਪਰ ਪੀਸ ਹੈ ਜੀ ਇਹਦਾ। ਆਲ ਓਵਰ ਪ੍ਰਿੰਟਡ ਨਾਲ ਦੁਪੱਟਾ ਹਲਕਾ ਜਿਹਾ, ਇਹਦੇ ਨਾਲ ਦੁਪੱਟਾ ਕਿਹੜਾ ਮਸਲੀਨ ਦਾ ਦੁਪੱਟਾ ਨਾਲ ਇਹਦੇ ਜੀ ਇਹਦਾ। ਦਿਓ ਜੀ ਪ੍ਰਾਈਜ਼, ਆਈਟਮ ਨੰਬਰ 15, ਪ੍ਰਾਈਜ਼ ਪਏਗਾ 2460 ਰੁਪਏ ਰੇਟ ਨਿਕਲਿਆ ਦਾ ਜੀ। ਲਓ ਜੀ ਕਿਹਾ ਦੇਖੋ ਪ੍ਰਿੰਟਿੰਗ ਦੇ ਵਿੱਚ ਆਈਟਮ ਆਈ ਹੈ ਇਹ,
ਕਲਾਕਾਰ ਪ੍ਰਿੰਟ ਨੇ ਸਾਰੇ ਜੀ ਦੇਖੋ ਇਹ ਨਾ ਦੂਰੋਂ ਤੁਹਾਨੂੰ ਲੁੱਕ ਆਊਗੀ ਇੰਬਰਾਇਡਰੀ ਦੀ ਐਕਚੁਅਲੀ ਅਸੀਂ ਪਹਿਲਾਂ ਆਈਟਮ ਬੇਸਮੈਂਟ ਦੇ ਵਿੱਚ ਸੂਟ ਵੇਚਦੇ ਸੀ ਇੰਬਰਾਇਡਰੀ ਵਾਲਾ ਉਹ ਨਾ ਸਾਰੀ ਲਖਨਊ ਦੀ ਇੰਬਰਾਇਡਰੀ ਹੁੰਦੀ ਸੀ ਆਹ ਜਿੱਦਾਂ ਪ੍ਰਿੰਟ ਬਣਿਆ ਨਾ ਉਹ ਸਾਰੀ ਇੰਬਰਾਇਡਰੀ ਸੀਗੀ ਸਾਡੇ ਤੋਂ ਕਈ ਕਸਟਮਰ ਨੇ ਬਾਏ ਵੀ ਕੀਤਾ ਹੋਊਗਾ ਥੋੜ੍ਹਾ ਜਿਹਾ ਮਤਲਬ ਜਿਵੇਂ ਮੀਡੀਅਮ ਏਜ ਵਾਸਤੇ ਜਿਵੇਂ ਜਿਵੇਂ 55-60 ਵਾਲਾ ਗਰੁੱਪ ਸੀ ਨਾ ਥੋੜ੍ਹਾ ਜਿਹਾ ਸੋਬਰ ਕਨਸੈਪਟ ਸੀ ਲਖਨਊ ਦਾ ਹੈਂਡਵਰਕ ਸੀ ਇਹਨੂੰ ਪ੍ਰਿੰਟਿੰਗ ਦੇ ਵਿੱਚ ਕਨਵਰਟ ਕਰਤਾ ਹੁਣ ਇਹ ਸਾਰੀ ਪ੍ਰਿੰਟਿੰਗ ਹੈ ਇਹ ਹਲਕੀ ਹਲਕੀ ਸਰਵੋਸਕੀ ਦੇਤੀ ਨੀਚੇ ਹਲਕੀ ਜੀ ਆਹ ਵੀ ਪ੍ਰਿੰਟਿੰਗ ਹੈ ਸਾਰੀ ਦੇਖੋ ਇਹਦਾ ਤੁਹਾਨੂੰ ਲੱਗੂ ਜਿਵੇਂ ਕਢਾਈ ਕੀਤੀ ਹੁੰਦੀ ਸਾਰੀ ਇਸ ਤੋਂ ਇਸ ਤਰ੍ਹਾਂ ਨਾਲ ਫੁੱਲ ਬਾਜ਼ੂ ਹੈ ਪਿਓਰ ਮਸਲੀਨ ਦੀ ਸ਼ਰਟ ਹੈ ਮਸਲੀਨ ਦੀ ਚੁੰਨੀ ਕੋਟਨ ਦੀ ਬੋਟਮ ਇਹ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਜੀ ਬਹੁਤ ਐਕਸਕਲੂਸਿਵ ਹੈ ਜੀ ਦੋ ਕਲਰ ਨੇ ਇੱਕ ਲਾਈਟ ਬਲੂ ਕਲਰ ਹੈ ਇੱਕ ਲਾਈਟ ਸੀ ਗ੍ਰੀਨ ਕਲਰ ਹੈ ਆਲਮੋਸਟ ਦੂਰੋਂ ਦੂਰੋਂ ਇੰਬਰਾਇਡਰੀ ਹੀ ਲੱਗੇਗੀ ਪਾਈ ਮੇਰੇ ਹਿਸਾਬ ਨਾਲ ਯਾਨੀ ਜੋ ਜੀ ਪ੍ਰਾਈਜ਼ ਕੀ ਆਈਟਮ ਨੰਬਰ 16-2170 ਰੇਟਿੰਗ ਲੈ ਰਿਹਾ ਯਾਰ 2170 ਓਨਲੀ ਸਭ ਕੁਝ ਵੇਚੀਦਾ ਜੀ 2000 ਦਾ ਹੀ ਵੇਚੀਦਾ 4000 ਦਾ ਹੀ ਵੇਚੀਦਾ ਐਸੀ ਗੱਲ ਨਹੀਂ ਹੈ ਸਭ ਕੁਝ ਰੱਖੀਦਾ ਸਟੋਰ ਦਾ ਕੰਮ ਹੈ ਜੀ ਗਾਹਕ ਉਹੀ ਹੁੰਦਾ ਜੀ ਅੱਜ ਗਾਹਕ ਨੂੰ ਸੂਟ 4000 ਦਾ ਵੀ ਚਾਹੀਦਾ ਉਹੀ ਗਾਹਕ ਨੂੰ ਸੂਟ 1500 ਦਾ ਵੀ ਚਾਹੀਦਾ ਹੁੰਦਾ ਠੀਕ ਹੈ ਨਾ ਤਾਂ ਦੁਕਾਨਦਾਰੀ ਹੈ ਹਰ ਕਸਟਮਰ ਨੂੰ ਹਰ ਚੀਜ਼ ਦੀ ਲੋੜ ਪੈਂਦੀ ਹੈ ਇਹ ਕੋਟਨ ਦੇ ਵਿੱਚ ਆ ਲਿਲਨ ਦੇ ਵਿੱਚ ਲਾਈਟ ਜਿਹਾ ਪਿਆਜ਼ੀ ਕਲਰ ਆ ਉਹਦੇ ਉੱਤੇ ਰੇਸ਼ਮ ਦਾ ਕੰਮ ਹੈ ਸਾਰਾ ਨੀਚੇ ਪਹਿਲਾਂ ਪ੍ਰਿੰਟਿੰਗ ਹਲਕੀ ਹਲਕੀ ਉਹਦੇ ਉੱਪਰ ਰੇਸ਼ਮ ਦੀਆਂ ਲਾਈਨਾਂ ਨੇ ਇਸ ਤਰ੍ਹਾਂ ਆਲ ਓਵਰ ਪ੍ਰਿੰਟਡ ਸ਼ਰਟ ਆ ਪੱਖਾ ਤੋਂ ਬੰਦ ਕਰਤਾ ਇਹ ਨਾਲ ਦੁਪੱਟਾ ਆਏਗਾ ਲਿਲਨ ਦੇ ਲਿਲਨ ਕੋਟਨ ਦਾ ਹੀ ਨਾਲ ਦੁਪੱਟਾ ਆਏਗਾ ਨਾਲ ਸਾਰੀ ਪ੍ਰਿੰਟਿੰਗ ਆ ਸਾਈਡਾਂ ਦੇ ਉੱਤੇ ਬਰਸ਼ਿੰਗ ਟਾਈਪ ਪ੍ਰਿੰਟ ਆਏਗਾ ਆਹ ਲੁੱਕ ਆਏਗੀ ਪੀਚ ਕਲਰ ਆ ਦੂਜਾ ਆਏਗਾ ਗ੍ਰੀਨ ਕਲਰ ਦੇ ਵਿੱਚ ਬਹੁਤ ਫਾਈਨ ਕੋਟਨ ਇਹ ਚੱਲਦਾ ਜੀ ਆਈਟਮ ਨੰਬਰ 17 ਪ੍ਰਾਈਜ਼ ਪਏਗਾ ਸਿਰਫ 1950 ਰੁਪਈਏ ਜੀ ਬਹੁਤ ਸੋਹਣਾ ਕੋਨਸੈਪਟ ਹੈ ਜੀ ਹਾਂਜੀ ਕਮਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਪੂਨਮ ਜੀ ਸਤਿ ਸ਼੍ਰੀ ਅਕਾਲ ਜੀ ਪੂਨਮ ਚਕਰਾਈ ਸਤਿ ਸ਼੍ਰੀ ਅਕਾਲ ਜੀ ਪੂਨਮ ਤਿਹਨ ਜੀ ਸਤਿ ਸ਼੍ਰੀ ਅਕਾਲ ਜੀ ਯਸ਼ ਖਾਨ ਯਸ਼ਾ ਖਾਨ ਹਾਂਜੀ ਅਨੀਤਾ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਕਿਆ ਦੇਖਣਾ ਆਈਟਮ ਜਿਹੜਾ ਇਹ ਵੀ ਫਾਈਨ ਕੋਟਨ ਦੇ ਵਿੱਚ ਹੈ ਕੋਟਾ ਕੋਟਨ ਹੈ ਜੀ ਇਹ ਕੋਟਾ ਫੈਬਰਿਕ ਹੈ ਉਹਦੇ ਉੱਪਰ ਪੂਰੀ ਇੰਬਰਾਇਡਰੀ ਹੈ ਇੱਕ ਤਾਂ ਇਸ ਤਰ੍ਹਾਂ ਟਾਰਗੇਟ ਇੰਬਰਾਇਡਰੀ ਹੈ ਇੱਕ ਜ਼ਿਗਜ਼ੈਗ ਇੰਬਰਾਇਡਰੀ ਹੈ ਪੂਰੀ ਸ਼ਰਟ ਦੇ ਫਰੰਟ 'ਤੇ ਇੰਬਰਾਇਡਰੀ ਹੈ ਬੈਕ ਦੀ ਪਲੇਨ ਆਏਗੀ ਕੋਟੇ ਦੀ ਅਤੇ ਨੀਚੇ ਇਸ ਤਰ੍ਹਾਂ ਚਿਕਨਕਾਰੀ ਦਾ ਹੀ ਨੀਚੇ ਬਾਰਡਰ ਆਏਗਾ ਲੇਸ ਇਹਦੇ 'ਚ ਇਸ ਤਰ੍ਹਾਂ ਇਹ ਪੂਰੀ ਸ਼ਰਟ ਦਾ ਫਰੰਟ ਹੈ ਫੁੱਲ ਬਾਜ਼ੂ ਬਣੇਗੀ ਬੈਕ ਪਲੇਨ ਹੈ ਦੁਪੱਟੇ ਉੱਤੇ ਆਏਗੀ ਬਲੌਕ ਪ੍ਰਿੰਟਿੰਗ ਦੇਖੋ ਚੀਜ਼ਾਂ ਕੁਛ ਨਾ ਕੁਛ ਡਿਫਰੈਂਟ ਹੀ ਚੱਲਦਾ ਅੱਜ ਕੱਲ੍ਹ ਜੀ ਲੇਸ ਆ ਗਈ ਦੁਪੱਟਾ ਹੈਗਾ ਕੋਟਨ ਦਾ ਮਲਸ ਕੋਟਨ ਦਾ ਇਹ ਨਾਲ ਪ੍ਰਿੰਟਿੰਗ ਦੇਖੋ ਦੁਪੱਟੇ 'ਤੇ ਇਹਦੇ ਵਿੱਚ ਪੱਲਿਆਂ ਉੱਤੇ ਇੰਬਰਾਇਡਰੀ ਵੀ ਬਾਰਡਰ ਯੂਜ਼ ਕੀਤਾ ਇਹਦੇ 'ਚ ਨਾਲ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ ਹੈਗਾ ਲਾਈਟ ਬਲੂ ਕਲਰ ਹੈਗਾ ਲਾਈਟ ਸੀ ਗ੍ਰੀਨ ਕਲਰ ਇੱਕਦਮ ਸਮਰ ਦੇ ਨਾ ਠੰਡੇ ਠੰਡੇ ਕਲਰ ਨੇ ਬਾਕੀ ਤਾਂ ਅੱਜ ਕੱਲ੍ਹ ਸਭ ਕੁਝ ਵਿਕਦਾ ਅੱਜ ਕੱਲ੍ਹ ਜੀ ਸੀਜ਼ਨ ਦੇ ਹਿਸਾਬ ਨਾਲ ਕੁਛ ਵੀ ਨਹੀਂ ਵਿਕਦਾ ਸਹੀ ਪੁੱਛੋਗੇ ਅੱਜ ਕੱਲ੍ਹ ਸਰਦੀਆਂ 'ਚ ਸਪੰਨ ਨਹੀਂ ਵਿਕਦੀ ਗਰਮੀਆਂ ਟੈਰੂਬੀਆਂ ਨਹੀਂ ਵਿਕਦੀ ਗਾਹਕ ਕਹਿੰਦਾ ਕੱਪੜੇ ਡਿਫਰੈਂਟ ਦਾ ਉਹ ਚੀਜ਼ ਵਧੀਆ ਹੋਣੀ ਚਾਹੀਦੀ ਹੈ ਬਸ ਆਈਟਮ ਨੰਬਰ 18 ਪ੍ਰਾਈਜ਼ ਪਏਗਾ 1800 ਰੁਪਈਏ ਲਓ ਜੀ ਕਿਆ ਚੀਜ਼ ਦੇਣਾ ਜਿਹੜਾ ਜੀ ਇਹ ਵੀ ਆਈਟਮ ਆਈ ਹੈ ਲਿਲਨ ਦੇ ਉੱਤੇ ਪ੍ਰਿੰਟਿੰਗ ਦੇ ਵਿੱਚ ਆਈਟਮ ਆਈ ਹੈ ਲਿਲਨ ਦੇ ਵਿੱਚ ਪ੍ਰਿੰਟਿੰਗ ਹੈ ਸਾਰੀ ਇਸ ਫਲਾਵਰ ਪ੍ਰਿੰਟ ਨੇ ਸਾਰੇ ਇਸ ਤਰ੍ਹਾਂ ਰੋਜ਼ਿਸ ਬਣੇ ਨੇ ਅਤੇ ਨੀਚੇ ਇੰਬਰਾਇਡਰੀ ਦਾ ਬਾਰਡਰ ਹੈ ਇਹ ਲੇਸਾਂ ਨਹੀਂ ਆਉਂਦੀਆਂ ਜੀ ਸਾਰੀ ਇੰਬਰਾਇਡਰੀ ਕਰਨੀ ਪੈਂਦੀ ਹੈ ਨਾਲੇ ਦੀ ਸੇਮ ਕਲਰ ਦੀ ਇੰਬਰਾਇਡਰੀ ਆ ਔਰਗੈਂਜ਼ਾ ਉੱਤੇ ਕੀਤੀ ਹੈ ਸ਼ਰਟ ਦਾ ਘੇਰਾ ਆਏਗਾ ਸੇਮ ਉੱਤੇ ਕੁੜਤਾ ਪੱਟੀ ਨੈਕ 'ਤੇ ਇੰਬਰਾਇਡਰੀ ਕਰਤੀ ਇਹਦੀ ਬੈਕ ਇਹਦੀ ਸੇਮ ਆਏਗੀ ਫੁੱਲ ਬਾਜੂ ਦੀ ਆਪਸ਼ਨ ਹੈ ਦੁਪੱਟਾ ਟੋਟਲ ਡਿਜ਼ਾਇਨਰ ਆਏਗਾ ਨਾਲੇ ਦੇ ਆਹ ਨਾਲ ਦੁਪੱਟਾ ਇਹਦੇ ਆਲ ਓਵਰ ਸ਼ਰਟ ਬੋਟਮ ਪਲੇਨ ਲਾਈਟ ਬਲੂ ਅਤੇ ਲਾਈਟ ਪੀਚ ਕਲਰ ਹਲਕਾ ਜਿਹਾ ਨੀਚੇ ਬਾਰਡਰ ਇੰਬਰਾਇਡਰੀ ਵਾਲਾ ਔਰਗੈਂਜ਼ਾ ਦੇ ਨਾਲ ਦੁਪੱਟਾ ਕੋਟੇ ਕੋਟਨ ਦਾ ਲਾਈਨਾਂ ਦੇ ਵਿੱਚ ਆਈਟਮ ਨੰਬਰ 19 ਪ੍ਰਾਈਜ਼ ਪਏਗਾ 1790 ਰੁਪਈਏ ਜੀ ਇਹਦੇ 'ਚ ਹਾਂਜੀ ਦੀਪਕ ਜੀ ਸਤਿ ਸ਼੍ਰੀ ਅਕਾਲ ਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਹਰਜਿੰਦਰ ਬੋਪਾ ਰਾਏ ਵੈਰੀ ਗੁੱਡ ਜੀ ਸੁਮਨ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਲਓ ਜੀ ਕਿਆ ਚੀਜ਼ ਦੇਣਾ ਇਹ ਵੀ ਚੀਜ਼ ਬਹੁਤ ਸੋਹਣੀ ਹੈ ਸਿੰਗਲ ਵੀਜ਼ਾ ਇਹ 1.25 ਲੱਖ ਪੀਸ ਹੀ ਆਇਆ ਜੀ ਇੱਕੋ ਕਲਰ ਇਹਦੇ 'ਚ ਇਹ ਹੈਗਾ ਪਿਓਰ ਮਹੇਸ਼ਵਰੀ ਫੈਬਰਿਕ ਆ ਵੀਵਿੰਗ ਦੇ ਵਿੱਚ ਉਹਦੇ 'ਤੇ ਸਾਰੀ ਪਹਿਲਾਂ ਨਾਲ ਨਾਲ ਇਹਦੇ 'ਚ ਬਰਸ਼ਿੰਗ ਦਿੱਤੀ ਸਾਰੀ ਇਸ ਤਰ੍ਹਾਂ ਪਿੰਕ ਅਤੇ ਲੈਮਨ ਕਲਰ ਦੀ ਨੀਚੇ ਪੂਰੀ ਇੰਬਰਾਇਡਰੀ ਹੈਗੀ ਥੋੜ੍ਹਾ ਜਿਹਾ ਮਤਲਬ ਨਾ ਫੋਰਮਲ ਲੁੱਕ ਦਿੱਤੀ ਆ ਕੋਟਨ ਦੇ ਵਿੱਚ ਇਹ 'ਚ ਨੀਚੇ ਜ਼ਿਗਜ਼ੈਗ ਆ ਗਿਆ ਗੋਟੇ ਦਾ ਰੇਸ਼ਮ ਦਾ ਉੱਤੇ ਸ਼ੀਸ਼ੇ ਸੈੱਟ ਕੀਤੇ ਨੇ ਸਾਰੇ ਇਹ ਸਿੰਗਲ ਸਿੰਗਲ ਸ਼ੀਸ਼ਾ ਆ ਗਿਆ ਇਹ ਉੱਪਰ ਆ ਗਿਆ ਪੀਕੋਕ ਬਣੇ ਨੇ ਆ ਰਹੀ ਨੇ ਸਾਰੇ ਇਸ ਤਰ੍ਹਾਂ ਪੂਰਾ ਫਰੰਟ ਆਏਗਾ ਉੱਪਰ ਕੁੜਤਾ ਪੱਟੀ ਨੈੱਕ ਆਏਗਾ ਇਸ ਤਰ੍ਹਾਂ ਹੀ ਅਤੇ ਦੁਪੱਟਾ ਖੋਲੋ ਭਾਅ ਜੀ ਇਹਦਾ ਦੁਪੱਟਾ ਆਏਗਾ ਕੋਟੇ ਦਾ ਪ੍ਰਿੰਟ ਆ ਜੀ ਵਿੱਚ ਉਹਦੇ 'ਚ ਸੇਮ ਇਦਾਂ ਹੀ ਕੰਟਰਾਸਟ ਬਾਰਡਰ ਦੇ ਕੇ ਉਹਦੇ 'ਤੇ ਇੰਬਰਾਇਡਰੀ ਕੀਤੀ ਹੈ ਦੇਖੋ ਕੁਛ ਨਾ ਕੁਛ ਡਿਫਰੈਂਟ ਹੈ ਬਹੁਤ ਪਿਆਰਾ ਲਾਈਟ ਐਂਡ ਬ੍ਰਾਈਟ ਦੇ ਵਿੱਚ ਆਈਟਮ ਆਈ ਹੈ ਸਿੰਗਲ ਕਲਰ ਹੈ 'ਚ ਕਲਰ ਆਪਸ਼ਨ ਨਹੀਂ ਆਈ ਜੀ ਇਹ ਦੁਪੱਟਾ ਔਰਗੈਂਜ਼ਾ ਦਾ ਪ੍ਰਿੰਟ ਹੈ ਵਿੱਚ ਇੰਬਰਾਇਡਰੀ ਹੈ ਚਾਰੇ ਪਾਸੇ ਲੇਸ ਹੈ
ਆਈਟਮ ਨੰਬਰ 20 ਪ੍ਰਾਈਸ ਪਏਗਾ ਸਿਰਫ 3090 ਮਤਲਬ ਤੀਜੇ ਹਿਸਾਬ ਨਾਲ ਪੀਸ ਬਹੁਤ ਸਸਤਾ ਮੇਰੇ ਸਾਹਮਣੇ ਜਿੰਨਾ ਕੰਮ ਕੀਤਾ ਹੋਇਆ। ਲਓ ਜੀ ਅੱਜ ਤੁਹਾਨੂੰ ਦਿਖਾਈ ਸੀ 20 ਪੀਸ ਸਾਰੇ ਡਬਲ ਡਬਲ ਸੀ ਲਾਸਟ ਸਿੰਗਲ ਸੀਗਾ ਨੰਬਰ ਤੁਸੀਂ ਫਿਰ ਨੋਟ ਕਰੋ ਜੀ ਇਹ ਸਟੋਰ ਦੇ ਨੰਬਰ ਨੇ ਤਿੰਨਾਂ ਨੰਬਰਾਂ 'ਤੇ ਵਟਸਐਪ ਚੱਲਦਾ ਤੁਹਾਨੂੰ ਜੋ ਜੋ ਚੰਗਾ ਲੱਗਦਾ ਤੁਸੀਂ ਚੱਲਦੀ ਵੀਡੀਓ 'ਚੋਂ ਸਕਰੀਨਸ਼ੋਟ ਲੈ ਕੇ ਕਿਸੇ ਵੀ ਨੰਬਰ 'ਤੇ ਪਿੱਕ ਭੇਜ ਸਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ। ਗਰਮੀ ਬਹੁਤ ਪੈ ਰਹੀ ਆ ਸਾਰੇ ਕੱਪੜੇ ਗਰਮੀ ਦੇ ਸੀਗੇ ਅੱਜ ਤੁਸੀਂ ਬਾਏ ਕਰਦੇ ਹੋ ਤੁਹਾਨੂੰ ਦੋ ਦਿਨਾਂ ਦੇ ਵਿੱਚ ਤੁਹਾਨੂੰ ਪਾਰਸਲ ਵਾਲੇ ਘਰ ਪਹੁੰਚ ਜਾਏਗਾ ਜੀ। ਓਕੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ।